सिद्ध सभा कर आसन बैठे संत सभा जयकारो संत सभा सिद्ध सभा कर आसन बैठे सिद्ध संत सभा जयकारो तिस आगे रह रास हमारी सच्चा अपने अपारो क्या भूमि है मस्तक काट तहली तिस आगे मस्तक काट
में बस धरती ताई है क्या भवे है ਹੁੰਦਾ ਬੜਾ ਪ੍ਰਚੋਲੀ
ਅੱਗੇ ਜੋ ਕੁਝ ਕਹਿ ਜਾਓ ਸੁਣ ਜਾਓ, ਲੋਕ ਸੁਣ ਲੈਂਦੇ ਸਨ। ਹੁਣ ਨਹੀਂ, ਇਹੋ ਜਿਹੀਆਂ ਕੁਛ ਰਚਨਾਵਾਂ ਵਿੱਚੋਂ ਕਈ ਸਵਾਲ ਪੈਦਾ ਹੋ ਰਹੇ ਨੇ। ਇਸ ਲਈ ਨਹੀਂ ਕਿ ਵਿਰੋਧ ਹੋ ਰਹੇ, ਪੜਚੋਲ ਹੋ ਰਹੇ। ਵਿਦਵਾਨ ਹੁਣ ਸਿੱਧ ਗੋਸ਼ਟ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਨਾਨਕ ਦੀ ਰਚਨਾ। ਇਹਦੇ ਵਿੱਚ ਵੀ ਸਵਾਲ ਨੇ, ਜਵਾਬ ਨੇ, ਇਖਤਲਾਫ ਤੋਂ ਭਾਵ ਮੁੱਢਲੇ ਰੂਪ ਵਿੱਚ ਆਹਮੋ ਸਾਹਮਣੇ ਸਵਾਲ ਜਵਾਬ ਜਿਹੜੇ ਨੇ ਉਹ ਜ਼ਰੂਰੀ ਨਹੀਂ ਕਿ ਮੁੱਢਲੀ ਵਿਚਾਰਧਾਰਾ ਮਿਲਦੀ ਹੋਵੇ। ਜੇ ਮਿਲਦੀ ਹੋਵੇ ਤਾਂ ਫਿਰ ਸਵਾਲ ਪੈਦਾ ਹੀ ਕਿਉਂ? ਫਰਕ ਹੁੰਦਾ, ਮਸਲਾ ਸਿਰਫ ਇਹ ਹੁੰਦਾ ਕਿ ਜਿਹੜਾ ਸਵਾਲ ਕਰੇ ਜੇ ਉਹਦਾ ਤਸੱਲੀ ਬਖਸ਼ ਜਵਾਬ ਮਿਲ ਜਾਏ। ਮੈਂ ਚਾਹੁੰਦਾ ਸਾਹਿਬ ਜੀ ਸਿੱਧ ਗੋਸ਼ਟ ਦਾ ਆਰੰਭ ਪਹਿਲਾਂ ਚੰਗੀ ਤਰ੍ਹਾਂ ਸਮਝ ਲਈ। ਜਦੋਂ ਆਪਾਂ ਗੋਸ਼ਟੀ ਦੇ ਰੂਪ ਵਿੱਚ, ਵਿਚਾਰ ਦੇ ਰੂਪ ਵਿੱਚ ਬੈਠੀਏ, ਸਵਾਲ ਕਰਨ ਦਾ ਅਧਿਕਾਰ ਹੁੰਦਾ ਹੈ। ਹੋ ਸਕਦਾ ਮੇਰਾ ਜਿਹੜਾ ਸਵਾਲ ਹੈ, ਜੋ ਮੇਰਾ ਵਿਚਾਰ ਹੈ, ਉਹ ਜਿਹਦੇ ਅੱਗੇ ਕਰ ਰਿਹਾ ਉਹਦੇ ਮਨ ਵਿੱਚ ਉਹ ਨਾ ਹੋਵੇ, ਜਾਂ ਉਹ ਮੇਰੇ ਨਾਲ ਮੇਲ ਨਾ ਖਾਂਦਾ ਹੋਵੇ, ਉਹਦੇ ਵੱਖਰੇ ਵਿਚਾਰ ਹੋ। ਪਰ ਜਿਹੜਾ ਮੈਂ ਸਵਾਲ ਕੀਤਾ, ਜੇ ਗੋਸ਼ਟੀ ਹੈ ਤੇ ਜੇ ਉਹਨਾਂ ਜਵਾਬ ਮੈਨੂੰ ਤਸੱਲੀ ਬਖਸ਼ ਮਿਲ ਗਿਆ ਤੇ ਫਿਰ ਮੈਨੂੰ ਹਾਂ ਨਹੀਂ ਕਿ ਇਹ ਮੇਰਾ ਵਿਚਾਰ ਸੀ, ਇਹਨੇ ਕੱਟਿਆ ਕਿਉਂ ਹੈ। ਫਿਰ ਜੇ ਹਵਾ ਆ ਗਈ ਫਿਰ ਤਕਰਾਰ ਹੋ ਜਾਏਗਾ। ਵਿਚਾਰ ਉਦੋਂ ਤੱਕ ਰਹੇਗੀ ਜਦੋਂ ਹਵਾ ਵਿੱਚ ਨਹੀਂ ਆਏਗੀ। ਸਵਾਲ ਕਰਾਂ, ਜੇ ਤਸੱਲੀ ਬਖਸ਼ ਜਵਾਬ ਮਿਲ ਜਾਏ ਤਾਂ ਉਹਨੂੰ ਮੰਨ ਲਵਾਂ। ਜਿੱਥੇ ਮੰਨਣ ਦੀ ਗੱਲ ਭੁੱਲ ਗਈ ਉੱਥੇ ਤਕਰਾਰ ਸ਼ੁਰੂ ਹੋ ਗਈ। ਟਕਰਾਓ ਜਿਹੜਾ ਦੁਨੀਆਦਾਰ ਲੋਕਾਂ ਵਿੱਚ ਤੇ ਹੋਵੇ ਅਕਸਰ ਹੁੰਦਾ, ਪਰ ਜਿਹੜੇ ਰੱਬ ਦੇ ਦਰ ਦੇ ਪੰਧੀ ਹੋਣ, ਜੇ ਉੱਥੇ ਵੀ ਹਉਂ ਖੜੀ ਹੋਵੇ ਤਾਂ ਫਿਰ ਹਉਮੈ ਨਾਵੇਂ ਨਾਲ ਵਿਰੋਧ ਹੈ। ਦੋਏ ਨਮਸੇ ਇਕਠਾਏ, ਜੇ ਉੱਥੇ ਵੀ ਹਉਂ ਖੜੀ ਹੋਵੇ, ਜੇ ਰੱਬ ਦੇ ਉਪਾਸ਼ਕ ਜਿਹੜੇ ਪ੍ਰਭੂ ਦੇ ਦਰ ਤੇ ਜੁੜਨ ਵਾਲੇ ਜਿਹੜੇ ਨੇ ਉਹ ਵੀ ਹੋਂ ਨਾਲ ਵਿਚਾਰ ਕਰਨਾ, ਵਿਚਾਰ ਕਰ, ਦਲੀਲ ਵੱਖਰੀ ਹੋ ਸਕਦੀ, ਵਿਚਾਰ ਵੱਖਰੇ ਹੋ ਸਕਦੇ ਨੇ। ਸਵਾਲ ਕਰੋ, ਜੇ ਅੱਗੋਂ ਜਵਾਬ ਦੇਣ ਵਾਲਾ ਆਖ ਦੇਵੇ ਕਿ ਮੈਂ ਤੇਰੀ ਗੱਲ ਮੰਨਣਾ, ਫਿਰ ਵੀ ਠੀਕ ਹੈ। ਤੇ ਜੇ ਉਹ ਨਾਲ ਲੱਗਦੇ ਇਹ ਗੱਲ ਆਖੇ, ਨਹੀਂ ਮੇਰਾ ਵਿਚਾਰ ਇਹ ਹੈ, ਤੇਰੇ ਸਵਾਲ ਦਾ ਜਵਾਬ ਮੇਰੇ ਕੋਲ ਇਹ ਹੈ, ਫਿਰ ਤੂੰ ਉਸਨੂੰ ਇਸ ਕਸੌਟੀ ਤੇ ਪਰਖ ਵੀ ਜੋ ਜਵਾਬ ਇਹ ਦੇ ਰਿਹਾ ਤਸੱਲੀ ਬਖਸ਼ ਹੈ, ਬਾਦਲੀਲ ਹੈ, ਫਿਰ ਹੁਣੇ ਮੰਨ ਲੈਣਾ, ਸਿਰ ਝੁਕਾ ਦੇਣਾ। ਇਹ ਭਲੇ ਪੁਰਸ਼ਾਂ ਦੀ ਵਿਚਾਰ ਜਿਹੜੀ ਹੈ ਉਹਦੀ ਨਿਸ਼ਾਨੀ, ਰੱਬ ਦੇ ਪਾਂਦੀ ਸਿੱਧ ਕੌਣ ਹੈ? ਰੱਬ ਦਾ ਪਾਂਦੀ, ਕਿਉਂਕਿ ਸਿੱਧ ਲਫ਼ਜ਼ੀ ਪੂਰਨਤਾ ਤੋਂ ਬਣਿਆ। ਆਪਾਂ ਕਹਿੰਦੇ ਫਲਾਣੇ ਦੇ ਸਾਰੇ ਕਾਰਜ ਸਿੱਧ ਹੋ ਗਏ, ਜਦੋਂ ਪੂਰੇ ਹੋ ਜਾਣ ਤਾਂ ਵੀ ਸਾਰੇ ਕਾਰਜ ਸਿੱਧ ਹੋ, ਜਦੋਂ ਪ੍ਰਾਪਤੀ ਹੋ ਜਾਏ, ਸਫਲਤਾ ਹੋ ਜਾਏ, ਉਦੋਂ ਸਿੱਧ ਹੁੰਦਾ। ਰੱਬ ਦੀ ਪ੍ਰਾਪਤੀ ਲਈ ਤੁਰਨਾ ਸਾਧਨ ਅਪਣਾਉਣਾ ਉਹਨੂੰ ਸਿੱਧੀ ਕਹਿੰਦੇ ਨੇ, ਤੇ ਜਦੋਂ ਰੱਬ ਦੀ ਪ੍ਰਾਪਤੀ ਹੋ ਜਾਏ ਉਹਨੂੰ ਸਿੱਧ ਕਹਿੰਦੇ ਨੇ, ਸਫਲ ਹੋ ਗਿਆ। ਇਸੇ ਲਈ ਸ੍ਰੀ ਆਸਣ ਦੀ ਵਾਰ ਦੇ ਵਿੱਚ ਵੀ ਇਹ ਸ਼ਬਦ ਆਇਆ ਸੀ, ਲਫ਼ਜ਼ ਆਇਆ ਸੀ, ਵਿੱਚ ਹਰ ਹਰ ਸਿੱਧ
सिद्ध कर लिया, प्राप्त कर लिया। हुण प्राप्त करन वाला जेड़ा हरी नूं है, वो हरी रूप हो जांदा, इसलिए वो भी सिद्ध है। जिहड़ा रब ही संपूर्ण नहीं, भी सिद्ध दात संपूर्ण है, ये नहीं कि वो आद पूर्ण मद पूर्ण अंत पूर्ण परमेश्वर है, वो सिद्ध है। जिस दिन नदी समुद्र तक पहुंच गई, उनकी सिद्धि संपूर्ण हो गई, उस दिन तो समुद्र हो गई। उन्होंने फिर वखरा तो नहीं ना आख्या जा सकता भी वो नदी है ये समुद्र है, वो भी समुद्र है, वो भी समुद्र। जेड़ा सिद्धि नाल प्रभु नूं सिद्ध कर ले, प्राप्त कर ले, प्रभु क्योंकि सिद्ध है इसलिए उनका रूप होके उनके अपेद होके वह भी सिद्ध हो गए। हुण उनके हर हर जन दोए एक है, बिब विचार किछ नाए, कोई फर्क नहीं। नदी समुद्र विच मिलके समुद्र हो गए। सिद्धि करने वाला जे सिद्धि सफलता नाल कर लवे ते ओ फिर सिद्ध हो गया, भाव सिद्ध नाल मिल के सिद्ध हो गया, संपूर्ण नाल मिल के संपूर्ण हो गया। वैसे अधूरा सी, हम तुम अगे गुरबाणी दी तुक है, हम तुम होए हैं एक रंगा, लफज है गुरबाणी, शब्द है गुरबाणी, नानक गुर खोए परम पंगा, हम ओए मेल होए एक रंगा। हम दरमियान विच कोई भेद नहीं रहा, नानक गुर खोए परम पंगा, हुण ओ ते मैं मिल के एक रंग हो गए, ओ सिद्ध सी मैं भी सिद्ध हो गया। हुण इहो कारण सिद्ध जिहड़े प्रभु नूं प्राप्त करन दी इच्छा नाल तुरे होए ने, ओ भी सिद्ध अखवा रहे ने, ते प्रभु सिद्ध। पर एक ख्याल करियो, प्रभु दी सिद्धता उनदे नाल अभेद होना कोई निशानी ते ना होवे ना। मैं गल कीती सी बाबा कबीर जी ने ये लफ्ज़ कह दिते कि राम कबीर एक भय है कोई ना सके पछाणी। बाबा कबीर जी ने एक गल कह दी, संतन संग कबीरा बिगड़े हो, सो कबीर रामे हो बिगड़े हो। वैसे की थी कि कबीर दे कोई हाथ पैर, कोई उनकी हाइट, कोई उनकी शक्ल बदल गई? बिल्कुल नहीं, सुभाव बदल गया, आदत बदल गया। हम जिस सुभाव ते आदत बदलन का नाम ही कबीर दा आराम होना है, प्रभु होना है, क्योंकि प्रभु वाला सुभा उनके विच आना जरूरी सी। आएगा तां कबीर आराम होएगा। हुण प्रभु दा सुभा की जिहड़ा सिद्ध है, जे ओ सिद्ध नाल मिलिया है, परमात्मा नाल मिलिया है, तो उनका सुभा ही बदले, ना कोई परफी दी शक्ल बदली है, ना कोई भगनाथ दी शक्ल बदली है, ना कोई गोरखनाथ की शक्ल बदली है। जे वो सिद्ध हो गया है तो फिर उनका सुभाव बदल गया, रब वाला सुभाव है। तो रब का सुभाव की है, मिठ बोलड़ा जी मिठ बोलड़ा जी, हर सज्जन स्वामी मोरा संभल थकी जी, कदे ना बोले कौड़ा, कदे ना बोले कौड़ा, कौड़ा बोल ना जाने। नर्स की किसी पहली तुक विच है वो कदी कौड़ा बोलता नहीं, पर अगली लाइन ने होर ज्यादा स्ट्रेस। कई बार ऐसा होंगे कि मनुख कौड़ा नहीं बोलता पर बोलना जानता होंगे,
ਤੇ ਜਿਹੜਾ ਜਾਣਦਾ ਉਹ ਨਾ ਵੀ ਬੋਲੇ ਫਿਰ ਵੀ ਬੋਲ ਤਾਂ ਸਕਦਾ ਹੈ ਨਾ, ਜਾਣਦਾ ਬੋਲ ਸਕਦਾ ਪਰ ਬੋਲਦਾ ਨਹੀਂ, ਇੱਕ ਵੱਖਰੀ ਗੱਲ ਹੈ। ਅਗਲੀ ਲਾਈਨ ਨੇ ਹੋਰ ਸਪਸ਼ਟ ਕੀਤਾ, ਕਹਿਣ ਲੱਗੇ ਨਹੀਂ ਸਿੱਧ ਜਿਹੜਾ ਪੂਰਨ ਭਗਵਾਨ ਹੈ ਉਹ ਕੌੜਾ ਬੋਲ ਨਹੀਂ ਜਾਂਦਾ, ਜਾਂਦਾ ਉਹ ਸਿੱਧ ਹੈ। ਹੁਣ ਸੋਚਿਓ ਮੈਂ ਜ਼ਰਾ ਤੁਹਾਨੂੰ ਅਸੀਂ ਕਿਸੇ ਅੱਜ ਮੈਂ ਚਾਹੁੰਦਾ ਸਾਂ ਵੀ ਅਸੀਂ ਪਹਿਲਾਂ ਵਾਤਾਵਰਨ ਬਣਾ ਲਈ ਇਸ ਰਚਨਾ ਦਾ। ਹੁਣ ਸੋਚਿਓ ਜੇ ਸਿੱਧ ਅਕਾਲ ਪੁਰਖ ਸਿੱਧ ਪਰਮਾਤਮਾ ਕੌੜਾ ਬੋਲਣ ਨਹੀਂ ਜਾਣਦਾ ਤਾਂ ਉਹਦੇ ਵਿੱਚ ਅਭੇਦ ਹੋ ਕੇ ਸਿੱਧ ਹੋਇਆ ਹੋਇਆ ਜਾਂ ਹੋਣ ਵਾਲਾ ਉਹ ਕੌੜਾ ਬੋਲਣ ਜਾਣਦਾ ਜਾਂ ਬੋਲਦਾ, ਤੇ ਜੇ ਨਹੀਂ ਬੋਲਦਾ ਫਿਰ ਸਿਰਫ ਸਿੱਧ ਗੋਸ਼ਟੀ ਵਿੱਚ ਕੁੜੱਤਣ ਕਿਵੇਂ ਆ ਸਕਦੀ, ਲੋਕ ਇੱਥੇ ਰੁਕਣਾ ਚਾਹੁੰਦੇ। ਸਾਡੀਆਂ ਕੁਝ ਰਚਨਾਵਾਂ ਐਸੀਆਂ ਹਨ ਜਿਨ੍ਹਾਂ ਦਾ ਬਹੁਤ ਸਾਰਾ ਹਿੱਸਾ ਨਹੀਂ ਪਰ ਕੁਝ ਹਿੱਸਾ ਕੇਵਲ ਸਰੋਤ ਸੁਣਨ ਸਰੋਤ ਤੋਂ ਪੈਦਾ ਹੋਇਆ। ਈਵਨ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਖਰ 70-80-90 ਲਗਭਗ 100 ਸਾਲ ਬਾਅਦ ਹੋਏ ਨੇ ਗੁਰੂ ਨਾਨਕ ਤੋਂ, ਲਗਭਗ ਉਹਨਾਂ ਨੇ ਜਿਹੜੀਆਂ ਕਹਾਣੀਆਂ ਜਿਹੜੀਆਂ ਸਾਖੀਆਂ ਸੁਣੀਆਂ ਨੇ ਉਹਨਾਂ ਨੂੰ ਅੰਕਿਤ ਕੀਤਾ ਤੇ ਉਸੇ ਵਾਤਾਵਰਨ ਵਿੱਚ ਵੀ ਕੀਤਾ ਕਿ ਸੁਣਾਉਣ ਵਾਲਾ ਕੌਣ ਹੈ, ਉਹ ਕਿਸ ਖਿਆਲ ਨਾਲ ਤੇ ਕਿਸ ਰੂਪ ਵਿੱਚ ਸੁਣਾ ਰਿਹਾ ਨਿਰਭਰ ਉਸ ਤੇ ਵੀ ਹੈ। ਇਸ ਲਈ ਅੱਜ ਇਹ ਵੀ ਪੜਚੋਲ ਹੋ ਰਹੀ ਹੈ। ਚਾਹੁੰਦੇ ਹੋਏ ਮੈਂ ਤੁਹਾਡੇ ਸਾਹਮਣੇ ਕੁਝ ਕੁ ਕਈ ਪਰਿਵਾਰ ਰੂਪ ਵਿੱਚ ਬੈਠੇ ਹਾਂ, ਇਹ ਸਥਾਨ ਹੀ ਅਸੀਂ ਐਸੇ ਜਿੱਥੇ ਖੁੱਲ੍ਹ ਕੇ ਵਿਚਾਰ ਕਰ ਲੈਣੇ ਭਾਵੇਂ ਹਰ ਗੱਲ ਮੇਰੇ ਤੇ ਦੋਸ਼ੀ ਨੂੰ ਬੈਠਾ ਰਹੀ ਜਾਂਦੀ ਆ ਕਿਉਂ ਕਹਿੰਦਾ। ਕੁਝ ਲੋਕ ਇੱਥੇ ਉਡੀਕਦੇ ਰਹਿੰਦੇ ਨੇ ਆ ਗੱਲ ਕਹਿ ਕਿਉਂ ਕਹਿੰਦਾ, ਵਿਚਾਰਦੀ ਦੁਨੀਆ ਵਿਚਾਰਦੀ ਵਿਚਾਰ ਕਰਦੇ ਨੇ ਕਈ ਗੱਲਾਂ ਸਾਡੇ ਸਾਹਮਣੇ ਆਉਣੀਆਂ ਨੇ। ਜਿਸ ਵਾਤਾਵਰਨ ਵਿੱਚ ਭਾਈ ਸਾਹਿਬ ਰਹੇ ਨੇ ਮੈਂ ਉਹਨਾਂ ਦਾ ਦੋਸ਼ ਨਹੀਂ ਕਹਿੰਦਾ। ਹੁਣ ਦੇਖੋ ਉਹਨਾਂ ਨੇ ਵੀ ਜਦੋਂ ਵਾਹਿਗੁਰੂ ਸ਼ਬਦ ਦੇ ਚਾਰ ਅੱਖਰਾਂ ਨੂੰ ਲਿਆ ਤੇ ਜੋ ਸੁਣਿਆ ਸੀ ਬ੍ਰਹਮਣਿਜ਼ਮ ਕੋਲੋਂ ਜੋ ਪਹੁੰਚਾਇਆ ਗਿਆ ਸੀ ਉਹ ਹੀ ਲਿਆ, ਬਾਬਾ ਜਿਹੜਾ ਵਾਸਦੇਵ ਤੋਂ ਲਿਆ ਜੀ, ਰਾਜਾ ਰਾਮ ਤੋਂ ਲਿਆ ਜੀ, ਰਾਜਾ ਗੋਬਿੰਦ ਕ੍ਰਿਸ਼ਨ ਤੋਂ ਲਿਆ, ਰੂਪ ਹੈ ਤੁਸੀਂ ਨਹੀਂ। 100 ਸਾਲ ਦਾ ਵਖਵਾ ਗੁਰਮਤ ਖੇਤਰ ਦਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀਆਂ ਗਾਥਾ ਨੇ, ਇਹ ਐਸੀਆਂ ਗਾਥਾ ਵੀ ਨੇ ਜਿਵੇਂ ਮੱਕੇ ਜਾਣਦੀ ਹੈ, ਹੋਰ ਕਈ ਗਾਥਾ ਨੇ ਜਿਹੜੀਆਂ ਉਹਨਾਂ ਕੋਲ ਸਰੋਤ ਰੂਪ ਵਿੱਚ ਆਈਆਂ ਨੇ ਉਹਨਾਂ ਦਾ ਦੋਸ਼ ਨੇ ਕਿੰਨੇ ਉਹਨਾਂ ਨੂੰ ਸੁਣਾਈਆਂ ਨੇ ਆਖਿਰ ਸੁਣ ਕੇ ਉੱਥੇ ਪਹੁੰਚ ਗਏ ਨੇ। ਹੁਣ ਇਹ ਤੇ ਸ਼ਬਦ ਹੁੰਦਾ ਕਿ ਉਸ ਟਾਈਮ ਤੇ ਜਿਹੜਾ ਪਹਿਲਾ ਅਸੀਂ ਗ੍ਰੰਥ ਸਮਝਦੇ ਹਾਂ ਜਨਮ ਸਾਖੀ ਨਹੀਂ ਸੀ, ਇਹ ਵੀ ਸਾਬਤ ਨਹੀਂ ਹੁੰਦਾ। ਇਹ ਵੀ ਸਾਬਤ ਹੁੰਦਾ ਭਾਈ ਵਾਲੇ ਵੱਲ ਜਨਮ ਸਾਖੀ ਸਾਬਤ ਨਹੀਂ ਹੋ ਰਹੀ, ਅੱਜ ਵੀ ਨਹੀਂ ਹੋ ਰਹੀ। ਕਿਸੇ ਨੇ ਸੁਣਾਈਆਂ ਤੇ ਉਹ ਸੁਣਾਉਣ ਵਾਲਾ ਕਿਸ ਖਿਆਲ ਨਾਲ ਸੁਣਾਉਂਦਾ, ਉਹਦਾ ਨਜ਼ਰੀਆ ਕੀ ਹੈ ਸੁਣਾਉਣ ਦਾ, ਇਹ ਤੇ ਉਹਨੂੰ ਪਤਾ ਹੈ ਨਾ। ਭਾਈ ਸਾਹਿਬ ਭਾਈ ਗੁਰਦਾਸ ਸਿੱਖ ਖੇਤਰ ਦੇ ਮਹਾਨ ਵਿਦਵਾਨ ਨੇ, ਇਹਨਾਂ ਦੇ ਮੂੰਹੋਂ ਕੋਈ ਗੱਲ ਅਖਵਾਈ ਜਾਏ ਤਾਂ ਆਸਾਨੀ ਨਾਲ ਸਫਲ ਹੋ ਸਕਦੀ ਹੈ। ਕਈ ਵਾਰ ਵੱਡੇ ਵਿਦਵਾਨ ਆਦਮੀ ਤੇ ਸਵੱਛ ਨਾਮੀ ਆਦਮੀਆਂ ਦੀ ਜ਼ਬਾਨ ਵਰਤੀ ਜਾਂਦੀ ਹੈ, ਮੂੰਹ ਵਿੱਚ ਕੋਈ ਗੱਲ ਪਾਈ ਜਾਂਦੀ, ਐਸਾ ਵੀ ਹੁੰਦਾ।
ऐसा भी हो सकता है कुछ कहानियां ऐसे रूप में भाई साहब को लाइया हूं उन्होंने हमें लिखती है। हूं जदों असी सिद्ध गोश्त के कुछ अंश भाई साहब जी दे उस रचना विच वेखने आ तां उहदे विच कई थावां ते तलखी भी है। मैं इत्थे रुकना चाहुंदा सी जिहड़ा पक्ष जी लिखदा है उहदे विच कई थावां ते तलखी भी है। बाबा आके पंडित नाथ तेरी मां को चंजी आई पंडित नाथ ना रही पंडित हो जाती है अनेक पर कि अजीब गल है जो असि सिद्ध गोश्त वाल जाने तो इनके अडंबर वाल सारे चौगिरदे वाल जाने गल बदल जाती सिद्ध परमात्मा भी है सिद्ध परमात्मा विच अभेद होया भी है। जदों सिद्धी राही सिद्ध बनता है सिद्ध करता है परमात्मा नूं विच हर हर सिद्धा जदों सिद्ध करता है परमात्मा नूं उहदे विच अभेद हो जाता है हर हर जन दो एक है। ते अभेदता कोई शरीर करके ते हुंदे नहीं। मैं उन्हें इन्हों कह सर बाबा कबीर कहता है मैं राम राम हो गया पर उसकी शक्ल तो नहीं बदली सुभा बदले आदतें बदल गई हूँ। रब का सुभा है मिठ बोलना जी हरसिमरन स्वामी बोला उनके सुभाव यह गल स्पष्ट कर दी कौड़ा बोल ना जाने वह कोशिश भी कोई करे तद भी कौड़ा नहीं बोलन जाता। हूँ सिद्ध किवें कौड़ा बोल सकता जे उहदे विच अभेद होया या फिर जो दूर खलोता है अजय को दूर खलोता सिद्ध नहीं। पर यह गल इस नहीं आख सकते क्योंकि उस सभा को सिद्ध सभा गुरु नानक आख रहे हैं। कई चाक तेरा देखता है उस एकत्रता सिद्ध सभा सिद्धां की सभा एकत्रता गुरु नानक का फैसला दिता है। जे वह भी सिद्ध है परमात्मा वाले सारे गुणों के विच ने जे रब कदी कौड़ा बोलना जानता ही नहीं कोशिश भी कोई करे भी यह कौड़ा बोले तद भी नहीं बोल सकता तो फिर सिद्ध किवें बोल सकता है। आ एक बेस है सिद्ध गोश्त का जिहड़ा मैं अज्ज दा वातावरण सिर पैदा करना चाहता सी। इत्थे विचार गोश्ती है विचार विच गोश्ती विच कदी तकरार नहीं हुंदा विचार जो खत्म हो जाए उसे तकरार शुरू होता है। जो विचार हों में प्रवेश करते हैं उदों तकरार शुरू होता है। ख्याल वक्रे वक्रे हो सकते हैं और आने वाले समय अंदर अं देखा सिद्ध गोष्ठ में ख्याल वक्रे वक्रे है ने पर वो ख्याल सवाल जवाब गोष्ठी के रूप में ने किसी तकरार के रूप में नहीं। इसलिए जो तकरार वाली गोष्ठी होंगी ना जो तकरार वाला वातावरण होंगा तो गुरु नानक मुढ़ले रूप में ये गल ना आखते सिद्ध सभा कर आसन बैठे सिद्ध सभा जय करवा इस सिद्ध सभा की जय जयकार कर बड़ा प्रसन्न बड़ी खुशी हुई है। अज प्रभु दे मिलाप की इच्छा रखने वाले प्रभु दे राह ते तुरन वाले रब नाल जुड़े हुए लोग इकट्ठे हुए ने उन्हां दी गल्लां भी उह जिहियां ही होणगियां कोई संसारिक नहीं हो सकदियां। इत्थों कोई तत लभेगा इत्थों कोई सच्चाई साडे सामने आएगी। हाँ भोले भाए विचार साधन सिद्धि दे साधन वक्रे वक्रे हो सकते हैं मुढ़ले रूप विच आरंभ की राह उहदी तुक विच दे दिते ने। लो जिथे आख्या ना मैनू इह संत सभा बड़ी चंगी लगी इह जिहड़े बैठे ने ना सिद्ध आसन ला के मैनू बड़े चंगे लगे मेरा दिल करदा मैं अपना सिर वढ के इहनां दे अगे रख दिया। गुरमुख दे खेतर विच किहो जिहा प्यार है पर गुरमुख खोजियां दा तकरार वाले का नहीं तो अभी देखने ही रोज आए दिन गुरुद्वार में डंगा चुकी फिर तक
तकरार ही तकरार है, कोई विचार नहीं, वो तो आवाज नहीं दी पड़े हो, आओ गोष्ठी कर लो। ये तो हम कोई गल मेरी चंगी नहीं लग रही, तुम आओ बैठ के गोष्ठी कर लो, विचार कर लो। पर गोष्ठी हो गई कितने, ये संसभा हो तो ता हुए ना, सिर्फ चोले वाले ने थोड़ा गोष्ठी करनी, जिन्हों की आत्मा संत है उन्होंने गोष्ठी करनी। होया कि उस वातावरण को गुरु नानक ने देखा, पर उत्थे भी दो विचारां होने के बावजूद विचारां का केंद्र जिहड़ा आरंभ कित्थों होया, दो विचार होने के बावजूद भी बड़े सहज विच बड़े ठरंबे नाल गुस्ती दे रूप विच उन्हां दोवां विचारां नूं आमो सामने रख लिया। हुण रहा उहदी धुप अंदर, उह दो विचार जिथों अगे आरंभ होना है, क्योंकि सिद्ध जिहड़े ने उह तीर्थ शनानी ने, घर बार छड के जंगलां विच भवन वाले ने, उन्हां घर त्याग दिता है, उह अपने आप नूं त्यागी होंदे ने, उह रब नूं ढूंढण लई पाहो रहे ने जंगलों में, बियाबानों में, पहाड़ों दी कंदरां में, दूर दुराडे फिर के रब नूं ढूंढना चाहते हैं। ते इउं उह रब दे मिलाप विच उस सुचे प्रभु नाल मिल के सुचे होना चाहो। कहिंदे तीर्थां ते इशनान करन नाल सुचे हो जाईदा है, ते जिहड़ा सुचा होवे उहनूं ही निर्मल निर्मल सुचा अपने विच थां दिंदा है। प्रभु ही निर्मल निर्मल सुचा है, सुचा। इसलिए मैला मनुख जिहड़ा है निर्मल ते सुचे प्रभु विच अभेद किवें होवे, सिद्ध किवें सिद्ध नाल होवे, इसलिए उहनूं सुचा होण दी लोड़ है। पर सुचा होण दा जिहड़ा कर्तव्य है, इसे नूं उह सिद्धी आख रहे ने, सिद्ध बनन लई सिद्धी, उस सिद्धि विच शामिल कर रहे ने सुचा होना, इस रूप विच कि तीर्थां ते इशनान करो, उत्थे जाके सुचे होई, तीर्थां ते इशनान नाल सुचे होई। इसलिए उन्होंने घर बार छड दिता, जंगल बियाबाना विच रब नूं ढूंढ रहे ने, तीर्थां ते इशनान करदे ने, जंगल बियाबाना विच रब दी ढूंढ करदे ने। एक ख्याल वो लैके बैठे ने सिद्ध सुचा होने का, सुचे विच अभेद होने का, ते दूजे पासे बैठ गए ने गुरु नानक, आपस विच गोष्ठी शुरू हुई रहा उदी तो कह, हुण आपस विच गोष्ठी शुरू हुई। एक पासे वो ने जिहड़े तीर्थां ते भग रहे ने, जंगल बियाबाना विच पव रहे ने, ते तीर्थां दे इशनान नाल अपने आप नूं सुचा करन दा जरिया समझ रहे ने, कि इस सोच नाल ही सुचे नाल अभेद हो सकदा है। ते दूजे पासे बैठा गुरु नानक, विचार शुरू होए, वो कहिंदा नहीं, क्या भावे है, सच सुचा हो गया। गुरु नानक है क्या है, गुरु आख रहा है नाम चले तीर्थी नाम चले तीर्थी मन खोटे ए ना आखिए सुचे ए ना आखिए बैंज पिंडा धोए क्या भवी है सच सुचा होए। तीर्थां ते क्यों क्या पवना है, वो सवाल तो एक दा है, मन का विचार है, सवाल रूप है कि वह समझदा है तीर्थां ते इशनान करन नाल सुचा होईदा है,
ਤੇ ਦੂਜਾ ਜਿਹੜਾ ਸਾਹਮਣੇ ਬੈਠਾ ਉਹ ਕਹਿੰਦਾ ਨਹੀਂ ਗੋਸਤੀ ਹੈ ਨਾ, ਉਹ ਕਹਿੰਦਾ ਨਹੀਂ, ਸੱਚ ਨੂੰ ਪ੍ਰਾਪਤ ਕਰਨ ਨਾਲ ਸੁੱਚੇ ਹੋਈਦਾ, ਜੇ ਸੱਚ ਕੋਲ ਨਾ ਹੋਵੇ ਤਾਂ ਸੁੱਚੇ ਨਹੀਂ ਹੋਈਦਾ। ਸਜੀਵਾਲ ਦੀ ਇੱਕ ਹੋਰ ਤੁੱਕ ਵੀ ਉਦੋਂ ਆਈ ਸੀ, ਜਿਹਦੇ ਵਿੱਚ ਇਹ ਲਫ਼ਜ਼ ਸਨ ਕਿ ਦਰਿਆ ਸੁੱਚ ਹੋਵੇ ਤਾਂ, ਮੇਰੇ ਦੋਸਤ ਕੀਤੀ ਸੀ ਤਾਂ ਉਹ ਇੱਧਰ ਜੋੜਨਾ ਤਾਂ ਸਪਸ਼ਟ ਹੋਏਗਾ। ਜੇ ਆਪਾਂ ਗੱਲ ਕਰਾਂਗੇ ਨਾ ਸੁੱਚ ਹੋਵੇ ਤਾਂ ਸੱਚ ਪਾਈਏ ਤਾਂ ਗਲਤ ਹੋ ਜਾਏਗਾ, ਵੀ ਜੇ ਸੁੱਚ ਹੋਵੇਗੀ ਤਾਂ ਹੀ ਸੱਚ ਮਿਲੇਗਾ, ਨਹੀਂ ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸੱਚ ਪਾ ਲਏਗਾ ਸੁੱਚ ਤਾਂ ਹੋਵੇਗੀ। ਜੇ ਤੂੰ ਸੱਚ ਨਾਲ ਨਾ ਜੁੜਿਆ ਜਿੰਨਾ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰੀ ਜਾ, ਜਿੰਨਾ ਮਰਜ਼ੀ ਮਲ ਮਲ ਪਿੰਡਾਂ ਧੋਈ ਜਾ, ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਸੱਚ ਤੇਰੇ ਕੋਲ ਆਵੇ। ਹੁਣ ਗੁਰੂ ਨਾਨਕ ਦੀ ਥਿਊਰੀ ਹੈ ਥਿਊਰੀ ਆ ਭਾਵੇਂ, ਹੁਣ ਗੋਸ਼ਤੀ ਸ਼ੁਰੂ ਹੋਇਆ, ਆਰੰਭ ਹੈ ਗੋਸ਼ਤੀ ਦਾ। ਰਾਮ ਦੀ ਤੁਕ ਕਹਿਣ ਲੱਗੇ ਕਿਆ ਭਾਵੇ ਸੱਚ ਸੁੱਚਾ ਹੋ ਸੁੱਚੇ ਇਹ ਨਾ ਆਖੀਏ ਬੈਨ ਜੇ ਪਿੰਡਾ ਧੋਏ ਸੁੱਚੇ ਸੇ ਨਾਨਕਾ ਸੁੱਚੇ ਸੇ ਨਾਨਕਾ ਜਿਹਨੇ ਮਨ ਵਸਿਆ ਸੋਏ ਕਿਆ ਭਵਿਆ। ਕੀ ਕਰਦੇ ਤੀਰਥਾਂ ਤੇ ਭਰ ਭਰ ਕੇ, ਜਲ ਕੇ ਮੱਝਣ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾ ਹੋਵੇ ਫਿਰ ਤੇਰੇ ਨਾਲ ਤਾਂ ਬਹੁਤਾ ਨਾ ਹੁੰਦਾ ਮੇਂਢਕ ਡੱਡੂ, ਜੈਸੇ ਮੇਂਢਕ ਤੈਸੇ ਉਹਦਾ ਹੈ। ਇਸ ਲਈ ਭਲਿਆ ਆਪਾਂ ਵਿਚਾਰ ਕਰੀਏ ਬੈਠ ਕਿੰਨੇ ਮਿੱਠੇ ਢੰਗ ਨਾਲ ਗੋਸ਼ਟੀ ਹੋ ਰਹੀ, ਔਰ ਅੱਗੇ ਵੀ ਦੇਖਾਂਗੇ ਕਿੰਨੇ ਮਿੱਠੇ ਢੰਗ ਨਾਲ ਗੋਸ਼ਟੀ। ਰੱਬ ਦੀ ਦੁਨੀਆਂ ਦੇ ਪੰਜ ਜਿਹੜੇ ਨੇ ਉਹ ਲੜਦੇ ਨਹੀਂ, ਤਕਰਾਰ ਨਹੀਂ ਕਰਦੇ, ਵਿਚਾਰ ਕਰਦੇ ਨੇ, ਇਸੇ ਲਈ ਇਹਦਾ ਨਾਮ ਗੋਸ਼ਟੀ ਹੈ। ਗੋਸ਼ਟ ਕਹਿੰਦੇ ਸੱਚ ਸੁੱਚਾ ਤਰੀਕਾ ਕੀ ਹੈ। ਸੱਚ ਸ਼ਬਦ ਬਿਨ ਮੁਕਦੇ ਨਾ ਹੋਏ ਸਫਲ, ਸੱਚ ਜਿਹੜਾ ਹੈ ਉਹ ਸੱਚ ਸ਼ਬਦ ਵਿੱਚੋਂ ਮਿਲਦਾ ਹੈ। ਇਸੇ ਲਈ ਆਸਾ ਦੀ ਵਾਰ ਦੀ ਪੌੜੀ ਇੱਕ ਵਾਰ ਆਪਾਂ ਪੜ੍ਹੀ ਸੀ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਸਤਿਗੁਰ ਮਿਲਿਆ ਸੱਚ ਪਾਇਆ। ਸੱਚ ਸ਼ਬਦ ਬਿਨ ਮੁਕਤ ਨਾ ਹੋਏ।
Ram Kali Mahala Tija, Namik Yonkar Sabhut Prasad.